ਅਤੇ ਬਾਬਾ ਗੁਰੂ ਨਾਨਕ ਜੀ ਨਾਲ ਮੇਰੇ ਬਜ਼ੁਰਗ ਭਾਈ ਮਰਦਾਨਾ ਜੀ ਉਹ ਨਾਲ ਸਨ ਉਹਨਾਂ ਦੇ, ਉਹ ਰਬਾਬ ਵਜਾਉਂਦੇ ਸਨ। ਭਾਈ ਮਰਦਾਨਾ ਦੀ ਬਰਾਦਰੀ ਦੇ ਇਹਨਾਂ ਲੋਕਾਂ ਦੀ ਵਜ੍ਹਾ ਤੋਂ ਪੰਜਾਬ ਵਿੱਚ ਗੁਰਦੁਆਰਾ, ਦਰਬਾਰਾਂ ਅਤੇ ਮੰਦਰਾਂ ਵਿੱਚ ਸੰਗੀਤ ਦਾ ਸਿਲਸਿਲਾ ਕਾਇਮ ਰਿਹਾ ਅਤੇ ਰਬਾਬੀ ਨਾਂ ਇਹਨਾਂ ਲੋਕਾਂ ਦੀ ਪਹਿਚਾਣ ਬਣਿਆ। ਰਬਾਬੀ ਸਿਲਸਿਲੇ ਦੇ ਇਹ ਲੋਕ ਮੁਸਲਮਾਨ ਹੋਣ ਦੀ ਵਜ੍ਹਾ ਤੋਂ ਪਾਰਟੀਸ਼ਨ ਦੇ ਬਾਅਦ ਲਾਹੌਰ ਆ ਗਏ ਅਤੇ ਇੱਥੇ ਰੇਡੀਓ ਅਤੇ ਫਿਲਮ ਇੰਡਸਟਰੀ ਨਾਲ ਜੁੜ ਕੇ ਉਹਨਾਂ ਨੇ ਮੌਸੀਕੀ ਦਾ ਸਿਲਸਿਲਾ ਜਾਰੀ ਰੱਖਿਆ। ਅੱਜ ਦੀ ਲਾਹੌਰ ਡਾਇਰੀ ਦੀ ਐਪੀਸੋਡ ਵਿੱਚ ਅਸੀਂ ਇੱਕ ਇਹੋ ਜਿਹੇ ਰਬਾਬੀ ਖਾਨਦਾਨ ਦੇ ਬਾਰੇ 'ਚ ਗੱਲ ਕਰਾਂਗੇ। ਸਾਡੀ ਜਿਹੜੀ ਰਵਾਇਤ ਹੈ ਪੰਜਾਬ ਦੀ, ਉਹਦੇ ਵਿੱਚ ਇੱਕ ਗੱਲ ਬੜੀ ਵੇਖਣ ਵਾਲੀ ਹੈ ਕਿ ਸਾਡੀ ਸਾਰੀ ਜਿਹੜੀ ਬਜ਼ੁਰਗਾਂ ਦਾ ਕਲਾਮ ਹੈ ਉਹ ਮਜ਼ਹਬੀ ਹੋਵੇ ਜਾਂ ਗੈਰ ਮਜ਼ਹਬੀ ਹੋਵੇ, ਰੂਹਾਨੀ ਹੋਵੇ ਜਾਂ ਸੈਕੂਲਰ ਹੋਵੇ, ਉਹ ਅਕਸਰ ਕਲਾਮ ਐਸਾ ਹੈ ਜਿਹੜਾ ਕਿ ਗਾਇਆ ਜਾਂਦਾ ਹੈ, ਜਿਸਦਾ ਮਤਲਬ ਹੈ ਉਹਦਾ ਸੰਗੀਤ ਨਾਲ ਗਹਿਰਾ ਰਿਸ਼ਤਾ ਹੈ। ਉਸ ਤੋਂ ਬਾਅਦ ਉਹਨੂੰ ਪਾਪੂਲਰ ਕਰਨ ਵਾਸਤੇ, ਉਹਨੂੰ ਡਿਸੈਮੀਨੇਟ ਕਰਨ ਵਾਸਤੇ, ਲੋਕਾਂ ਤੱਕ ਪਹੁੰਚਾਉਣ ਵਾਸਤੇ ਗਾਇਕ ਸਭ ਤੋਂ ਬਿਹਤਰੀਨ ਜ਼ਰੀਆ ਸੀ। ਬੋ ਸ਼ਾਸਤਰ ਬੋ ਸਮਿਰਤੀ ਬੋ ਸ਼ਾਸਤਰ ਬੋ ਸਮਿਰਤੀ ਪੇਖੇ ਸਰਬ ਟੰਡੋਲ ਬੋ ਸ਼ਾਸਤਰ ਬੋ ਸਮਿਰਤੀ। ਅਤੇ ਸਾਡਾ ਜਿਹੜਾ ਘਰਾਨਾ ਉਹ ਗਵਾਲੀਅਰ ਹੈ, ਔਰ ਗਵਾਲੀਅਰ ਦੇ ਜਿਹੜੇ ਬਾਨੀ ਨੇ ਉਹ ਮੀਆਂ ਤਾਨਸੇਨ ਜੀ ਨੇ, ਅਤੇ ਸਾਡੀ ਜਿਹੜੀ ਪੀੜ੍ਹੀ ਉਹ 11ਵੀਂ ਪੀੜ੍ਹੀ ਸ਼ੁਰੂ ਹੈ ਮੀਆਂ ਤਾਨਸੇਨ ਜੀ ਤੋਂ ਲੈ ਕੇ ਹੁਣ ਤੱਕ। ਅਤੇ ਬਾਬਾ ਗੁਰੂ ਨਾਨਕ ਜੀ ਕਰਦੇ ਸਨ ਕਿ ਮਸਲ ਸ਼ਾਇਰੀ ਕਰਦੇ ਸਨ ਅਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ ਕਿ ਤੂੰ ਇੱਥੇ ਬੰਦਿਸ਼ ਬਣਾ, ਉਹ ਫਿਰ ਬੰਦਿਸ਼ ਬਣਾਉਂਦੇ ਸਨ ਰਬਾਬ ਦੇ ਨਾਲ, ਅਤੇ ਇਸ ਤਰ੍ਹਾਂ ਉਹਨਾਂ ਦਾ ਪ੍ਰਚਾਰ ਹੁੰਦਾ ਰਿਹਾ। ਉਹਨਾਂ ਦਾ ਗੱਠਜੋੜ ਬੜਾ ਸੱਚਾ ਅਤੇ ਸੁੱਚਾ ਸੀ। ਅਤੇ ਕੁਛ ਲੋਕ ਹਿਸਟਰੀ ਸਮਝਦੇ ਨੇ ਕਿ ਉਹਨਾਂ ਦੀ ਬਰਾਦਰੀ ਹੈ, ਕੁਛ ਲੋਕ ਕਹਿੰਦੇ ਨੇ ਔਲਾਦ ਹੈ, ਲੇਕਿਨ ਤਕਰੀਬਨ ਮੰਨਿਆ ਹੀ ਜਾਂਦਾ ਕਿ ਭਾਈ ਮਰਦਾਨਾ ਜੀ ਦੀ ਬਰਾਦਰੀ ਹੈ ਖਾਸ ਤੌਰ 'ਤੇ। ਜਿਹੜੀ ਰਬਾਬੀ ਟ੍ਰੈਡੀਸ਼ਨ ਆ ਉਹਦਾ ਸ਼ਬਦ ਕੀਰਤਨ ਅਤੇ ਸ਼ਲੋਕ ਇਹ ਚੀਜ਼ਾਂ ਖਾਸ ਤੌਰ 'ਤੇ ਗਾਈਆਂ ਜਾਂਦੀਆਂ, ਕੰਪੋਜ਼ ਕੀਤੀਆਂ ਜਾਂਦੀਆਂ। ਜਿਸ ਤਰ੍ਹਾਂ ਤੁਸੀਂ ਕਾਫੀ ਗਾਇਕੀ ਗਾਉਂਦੇ ਹੋ, ਠੁਮਰੀ ਗਾਇਕੀ ਗਾਉਂਦੇ ਹੋ, ਅਸਥਾਈ ਅੰਤਰੇ ਪ੍ਰੋਪਰ ਲਿਖੇ ਜਾਂਦੇ ਨੇ, ਇਸੇ ਤਰ੍ਹਾਂ ਹੀ ਬਾਬਾ ਸਾਹਿਬ ਦੀ ਵੀ ਸ਼ਾਇਰੀ ਹੈ, ਉਹਨੂੰ ਕੰਪੋਜ਼ ਕੀਤਾ ਜਾਂਦਾ, ਜਸਟ ਇਹ ਹੈ ਪੋਇਟਰੀ ਨੂੰ। ਹਮ ਮੈਲੇ ਸੁਨ ਓ ਜਲ ਕਰ ਸੇ, ਹਮ ਮੈਲੇ ਸੁਨ ਓ ਜਲ ਕਰ ਸੇ, ਹਮ ਨਿਰਗੁਣ ਤੂੰ ਜ਼ਹਸਾ, ਹਮ ਮੈਲੇ ਸੁਨ ਓ ਜਲ ਕਰ ਸੇ, ਹਮ ਮੂਰਖ ਸੂ ਸਸਰ ਸਿਆਣੇ, ਤੂੰ ਸਰਬ ਕਲਾ ਕਾ ਗਿਆਸਾ, ਹਮ ਮੈਲੇ ਸੁਨ ਓ ਜਲ ਕਰ ਸੇ, ਹਮ ਮੈਲੇ ਸੁਨ ਉਜਲ ਕਰ ਸੇ। ਤਿੰਨ ਚੀਜ਼ਾਂ ਮੋਟੀਵੇਟ ਹਮੇਸ਼ਾ ਕਰਦੀਆਂ, ਇੱਕ ਤਾਂ ਮੇਰੀ ਲੈਗਸੀ ਜਿਹਨੂੰ ਮੈਂ ਛੱਡਣਾ ਨਹੀਂ ਚਾਹੁੰਦਾ, ਦੂਸਰੀ ਮੇਰੀ ਆਪਣੀ ਸੋਲ ਹੈ ਜਿਹੜੀ ਚਾਹੁੰਦੀ ਕਲਾਸੀਕਲ ਮਿਊਜ਼ਿਕ ਕਰਨਾ। ਹਮੇਸ਼ਾ ਆਰਟ ਜਾਂ ਸ਼ੌਕ ਉਹੀ ਹੁੰਦਾ ਹੈ ਜਿਹੜਾ ਤੁਹਾਨੂੰ ਅੰਦਰ ਹੋਵੇ ਖੁਦ, ਮਾਰ ਕੁੱਟ ਕੇ ਤਾਂ ਤੁਸੀਂ ਕਿਸੇ ਨੂੰ ਇੰਜੀਨੀਅਰ ਵੀ ਨਹੀਂ ਬਣਾ ਸਕਦੇ। ਈਵਨ ਕਿ ਉਹ ਮੇਰੇ ਦੋਸਤ ਮੈਨੂੰ ਕਹਿ ਰਹੇ ਹੁੰਦੇ ਨੇ ਯਾਰ ਕਿਹੜੇ ਪਾਸੇ ਪੈ ਗਿਆ ਯਾਰ, ਤੂੰ ਛੱਡ ਇਹਦੇ 'ਚ ਕੀ ਪਿਆ, ਲੇਕਿਨ ਮੈਂ ਜਾਣਨਾ ਕਿ ਇਹਦੇ 'ਚ ਕੀ ਪਿਆ, ਜਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਫਿਰ ਮਾਈਗ੍ਰੇਟ ਕਰਕੇ ਅਸੀਂ ਇੱਥੇ ਆ ਗਏ, ਇੱਥੇ ਜੋ ਹਾਲਾਤ ਸਨ ਤੁਹਾਨੂੰ ਪਤਾ ਮਿਊਜ਼ਿਕ ਦਾ, ਕਿ ਨਵਾਂ ਨਵਾਂ ਪਾਕਿਸਤਾਨ ਬਣਿਆ ਸੀ, ਨਾ ਕੋਈ ਮਹਿਫਲ, ਨਾ ਕੋਈ ਫੈਸਟੀਵਲ, ਨਾ ਕੋਈ ਐਸਾ ਅਦਾਰਾ
کیونکہ جیسے اپنے پیروں سے انہیں کھڑا ہونا، لیکن انہوں نے جدوجہد جاری رکھی اللہ تعالیٰ نے، اس سے ملک سے اللہ نے عروج نام عزت آبرو دسی. سو اس واسطے جڑے ربابی ادھر آئے وہ بڑے اچھے میوزیشنس، کمپوزرس، بڑے بڑے اور میوزیشن جڑے سن وہ پیدا ہوئے. لیکن وہ ظاہر ہے وہ جڑی پرانی ریت آ رہی سی دربار صاحب دے نال یا گردواریاں دے نال، وہ نہیں رہی، وہ تو مک مک آ گئی. تو ہوں تو وہ حساب ہے، ہڑ آتا نا دریا، جل ہڑ شہر و شہر ہی ہوا ہوں، پانی پانی ہوا ہوں، تو کی ہوں جڑی پاریا چیزاں ہوں بہ جڑی ہلکی چیزاں ہوں تیر دیا نے، تو ساڈا وہی حساب ہے، پاریاں چیزاں بیٹھی ہلکی چیزاں تیر رہی ہیں.